ਰੱਬੇ ਕਾਇਨਾਤ ਨੇ ਸਾਡੇ ਤੇ ਨੇਮਤਾਂ ਸਾਨੂੰ عطا ਫਰਮਾਈਆਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਵਮੰਨਾ ਅਲੈਨਾ ਲਾਕਾ ਹਜ਼ੂਰ ਤੇ ਜੋ ਅੱਲਾ ਨੇ ਤੁਹਾਨੂੰ ਸਾਡੇ ਵੱਲ ਕੱਲ ਕੇ ਸਾਡੇ ਤੇ ਇਹਸਾਨ ਕੀਤਾ ਹੈ ਨਾ ਉਹਦਾ ਜ਼ਿਕਰ ਕਰ ਰਹੇ ਹਾਂ ਜੋ ਅੱਲਾ ਨੇ ਤੁਹਾਨੂੰ ਸਾਡੇ ਵੱਲ ਕੱਲ ਕੇ ਇਹਸਾਨ ਕੀਤਾ ਹੈ ਉਹਦਾ ਜ਼ਿਕਰ ਕਰ ਰਹੇ ਸਾਂ ਆਕਾ ਫਰਮਾਉਂਦਾ ਦੀ ਕਸਮ ਉਠਾਓ ਇੰਜੈ ਪੇ ਕਰਦੇ ਸੋ ਮੇਰੇ ਨਬੀ ਨੇ ਕਸਮ ਇਸ ਵਾਰ ਤਾਂ ਨਹੀਂ ਉਠਵਾਈ ਕਿ ਮਾਤ ਅੱਲਾ ਨਬੀ ਬਾਦ ਨੂੰ ਸ਼ੱਕ ਸੀ ਤੇ ਗੱਲ ਕੋਈ ਹੋਰ ਕਰਦੇ ਸਨ ਤੇ ਮੇਰੇ ਸਾਹਮਣੇ ਗੱਲ ਬਦਲ ਗਏ ਨਹੀਂ ਆਕਾ ਇਹ ਦੱਸਣਾ ਚਾਹ ਰਿਹਾ ਕਿ ਕਸਮ ਤੋਂ ਬਾਅਦ ਗੱਲ ਬੜੀ ਵੱਡੀ ਹੈ ਉਹਨਾਂ ਕਿਹਾ ਹਜ਼ੂਰ ਤੁਹਾਨੂੰ ਅੱਲਾ ਦੀ ਕਸਮ ਹੈ ਅਸੀਂ ਇਹ ਹੋਈ ਜ਼ਿਕਰ ਕਰ ਰਹੇ ਸਾਂ ਆਕਾ ਫਰਮਾਇਆ ਫਿਰ ਗਵਾਹ ਬਣ ਜਾਓ ਰੱਬੇ ਕਾਇਨਾਤ ਰਹੇ ਤੁਹਾਡੇ ਤੇ ਦੋਜ਼ਖ ਦੀ ਅੱਗ ਹਰਾਮ ਫਰਮਾ ਛੱਡੀ अगर मेरी जड़ ना होती मैं कभी फल ना देता पर फर्क है मेरी जड़ जमीन के थले रह के अपने तरीके नाल काम कर दी है ते मैं कुराने पाक पत्तियां ते लिखा जांदा सी कुराने पाक हड्डियां ते लिखा जांदा सी कुराने पाक पत्थरां ते लिखा जांदा सी जदों कुराने पाक लिखण वास्ते कागज मुयस्सर नहीं सी तो झंडियां ते तकाजा करे मेरे मसलक दे उलमा सादात बैठे ने सूरह बकरा शरीफ कुरान पाक दी पहली सूरह सूरह बकरा इसकी तफसीर पढ़ के देख लो हजरत यूनस अलैहिस्सलाम जब मछली के पेट च गए ना तो जिस दरिया विच मछली रही थी अल्लाह करे तुहानू समझ आ जाए जिस दरिया विच मछली रही थी ना उस दरिया के किनारे उत्ते एक बस्ती वाले रेंदे सन जिहड़े हफ्ते वाले दिन मछली का शिकार करते सन तो अल्लाह की कुदरत वेखो कि वह मछली जिदे पेट च अल्लाह का नबी है हफ्ते वाले दिन वह मछली उस ही किनारे ते आउंदी सी अल्लाह फरमाया ओ बस्ती वाले ओ हफ्ते नूं हुण शिकार ना करिया जे या अल्लाह की करिए फरमाया छुट्टी करो या अल्लाह क्यों फरमाया हफ्ते नूं इस किनारे ते ओ मछली आउंदी है जिहदे पेट विच मेरा नबी मौजूद रब सानू दा छड़िया पाक हस्ती आ जाए मुबारक दिन आ जाए तो छुट्टी कराना मेरी सुन्नत
ਮੈਨੂੰ ਕਹਿੰਦਾ ਜਲੂਸ ਲੈ ਕੇ ਨਿਕਲ ਦੇ। ਹੁਣ ਅੱਲਾ ਦੀ ਕੁਦਰਤ ਵੇਖੋ, ਜਦੋਂ ਮੱਛਲੀ ਉਸ ਕਿਨਾਰੇ ਤੇ ਆਉਂਦੀ ਸੀ ਨਾ ਤੇ ਪੂਰੇ ਦਰਿਆ ਦੀਆਂ ਮੱਛਲੀਆਂ ਇਕੱਠੀਆਂ ਹੋ ਕੇ ਨਾ ਤੇ ਜਲੂਸ ਬਣਾ ਕੇ ਨਿਕਲਦੀਆਂ ਸਨ, ਉਸ ਕਿਨਾਰੇ ਤੇ ਆਉਂਦੀਆਂ ਸਨ, ਉਸ ਮੱਛਲੀ ਦਾ ਤਵਾਫ ਕਰਦੀਆਂ ਸਨ ਜਿਹਦੇ ਪੇਟ ਵਿੱਚ ਅੱਲਾ ਦਾ ਨਬੀ ਹੈ। ਅੱਲਾ ਕਰੇ ਗੱਲ ਸਮਝ ਆ ਜਾਏ, ਪੂਰੇ ਦਰਿਆ ਦੀਆਂ ਮੱਛਲੀਆਂ ਇਕੱਠੀਆਂ ਹੋ ਕੇ ਜਲੂਸ ਬਣਾ ਕੇ ਨਿਕਲਦੀਆਂ ਸਨ, ਉਸ ਕਿਨਾਰੇ ਤੇ ਆਉਂਦੀਆਂ ਸਨ, ਉਸ ਮੱਛਲੀ ਦਾ ਤਵਾਫ ਕਰਦੀਆਂ ਸਨ ਜਿਹਦੇ ਪੇਟ ਵਿੱਚ ਅੱਲਾ ਦਾ ਨਬੀ ਹੈ। ਤੇ ਉਸ ਦਰਿਆ ਵਿੱਚ ਕੱਲੀਆਂ ਮੱਛਲੀਆਂ ਨਹੀਂ ਸਨ ਰਹਿੰਦੀਆਂ, ਮੈਂਢਕ ਵੀ ਰਹਿੰਦੇ ਸਨ। ਅੱਜ ਨੂੰ ਪੰਜਾਬੀ ਤੁਸੀਂ ਡੱਡੂ ਆਂਦੇ, ਉਹ ਕੀ ਕਰਦੇ ਸਨ? ਜਲੂਸ ਲੈ ਕੇ ਨਿਕਲਦੀਆਂ ਸਨ, ਉਹ ਨਾਲ ਨਹੀਂ ਸਨ ਚੱਲਦੇ, ਉਹ ਕਿਨਾਰਿਆਂ 'ਚ ਬੂਥੇ ਦੇ ਕੇ ਗੜੈ। ਤੁਸੀਂ ਤਾਂ ਸੁਣਨੀ ਹੋ, ਤੁਹਾਨੂੰ ਕੀ ਪਤਾ ਮੈਂ ਕੀ ਆਖਿਆ। ਮੈਨੂੰ ਕਿਸੇ ਪੁੱਛਿਆ, ਯਾਰ ਜੀ ਉਹ ਮੈਂਢਕ ਕਿਉਂ ਨਹੀਂ ਸਨ ਚੱਲਦੇ ਤੇ ਮੱਛਲੀਆਂ ਕਿਉਂ ਆਉਂਦੀਆਂ ਸਨ? ਮੈਂ ਕਿਹਾ ਮੱਛਲੀਆਂ ਸਨ ਹਲਾਲੀ, ਉਹਨਾਂ ਨੂੰ ਪਤਾ ਸੀ ਨਬੀ ਦੀ ਅਜ਼ਮਤ ਕੀ ਹੈ, ਤੇ ਮੈਂਢਕ ਸਨ ਹਰਾਮੀ, ਉਹਨਾਂ ਨੂੰ ਪਤਾ ਨਹੀਂ ਸੀ ਨਬੀ ਦੀ ਅਜ਼ਮਤ ਕੀ ਹੈ। ਮੈਂ ਕਿਹਾ ਜਿੰਨੇ ਹਲਾਲੀ ਵੇਖਣੇ ਹੋਣ ਨਾ 12 ਦਾ ਜਲੂਸ ਵੇਖਿਆ ਕਰੋ। ਤੁਹਾਡੀ ਤਵੱਜੋ ਹੈ ਜੀ, ਡਟ ਕੇ ਆਖੋ ਸੁਭਾਨ ਅੱਲਾਹ, ਤੁਹਾਡੀ ਆਵਾਜ਼ ਘਟਦੀ ਜਾਂਦੀ, ਉੱਚੀ ਆਖੋ ਸੁਭਾਨ ਅੱਲਾਹ। ਅੱਛਾ, ਅੱਲਾ ਮਹਿਬੂਬ ਦੇ ਕੇ ਖੁਸ਼ੀਆਂ ਮਨਾ ਰਿਹਾ, ਇਹ ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਸ਼ੇਖ ਮੁਹੱਕਕ ਅਲ ਅਤਲਾਕ ਮੁਹੱਦਿਸ ਸ਼ੇਖ ਅਬਦੁਲ ਹਕ ਮੁਹੱਦਿਸ ਦੇਹਲਵੀ ਰਹਿਮਤੁਲਾਹ ਅਲੈਹ, ਜਿਨ੍ਹਾਂ 18 ਸਾਲ ਮੁਸਤਫਾ ਦੇ ਕਦਮਾਂ 'ਚ ਬਹਿ ਕੇ ਦਰਸੇ ਹਦੀਸ ਦਿੱਤਾ ਤੇ ਮੁਸਤਫਾ ਦਾ ਰੱਜ ਰੱਜ ਦੀਦਾਰ ਕੀਤਾ, ਆਪਣੀ ਧਾੜੀ ਨਾਲ ਮੁਸਤਫਾ ਦੇ ਰੋਜ਼ਾ ਪਾਕ ਤੇ ਝਾੜੂ ਦਿੱਤਾ। ਅਗਰ ਕੋਈ ਪੁੱਛਦਾ ਸੀ ਅਬਦੁਲ ਹਕ ਆ ਕੀ ਆ, ਇਹ ਨਹੀਂ ਸਨ ਕਹਿੰਦੇ ਦਾੜੀ ਹੈ, ਕਹਿੰਦੇ ਸਨ ਮੁਸਤਫਾ ਦੇ ਦਰ ਦਾ ਝਾੜੂ। ਜਦੋਂ ਮੇਰੇ ਨਬੀ ਨੇ ਆਖਿਆ ਦਿੱਲੀ ਚਲਾ ਜਾ ਤਾਂ ਦਿਲ ਨਾ ਲੱਗੇ, ਦਿਲ ਨਾ ਲੱਗੇ, ਦਿਲ ਨਾ ਲੱਗੇ, ਜਿਹੜਾ ਰੋਜ਼ ਜ਼ਿਆਰਤ ਕਰਦਾ ਸੀ ਹੁਣ ਦਿਲ ਕਿੱਥੋਂ ਲੱਗੇ? ਇੱਕ ਦਿਨ ਅੱਖ ਲੱਗੀ ਤੇ ਕਿਸਮਤ ਜਾਗ ਪਈ, ਆਕਾ ਆ ਗਏ। ਫਿਰ ਮੈਂ ਅਬਦੁਲ ਹੱਕ ਪਰੇਸ਼ਾਨ ਨਾ ਹੋਈ, ਉੱਥੇ ਸਾਡੇ ਕਦਮਾਂ 'ਚ ਰਹਿ ਕੇ ਦੀਦਾਰ ਕਰਦਾ ਰਹੇ, ਹੁਣ ਅਸੀਂ ਆ ਕੇ ਦੀਦਾਰ ਕਰਾਇਆ ਕਰਾਂ। ਇਮਾਮ ਜਲਾਲਉਦੀਨ ਸਿਉਤੀ ਰਹਿਮਤੁਲਾਹ ਅਲੈਹ, ਜਿਨ੍ਹਾਂ ਨੂੰ 70 ਤੋਂ ਜ਼ਿਆਦਾ ਮਰਤਬਾ ਜਾਗਦੇ ਹੋਇਆਂ ਸਿਰ ਦੀਆਂ ਅੱਖਾਂ ਨਾਲ ਮੁਸਤਫਾ ਨੇ ਆਪਣਾ ਦੀਦਾਰ ਕਰਾਇਆ। ਓਏ ਸੁੰਨੀ ਮਸਲਕ ਕੋਈ ਯਤੀਮ ਮਸਲਕ ਨਹੀਂ, ਇਹਦੇ ਪਿੱਛੇ ਵੱਡੇ ਵੱਡੇ ਔਲੀਆ ਤੇ ਉਲਾਮਾ ਦਾ ਹੱਥ ਹੈ। ਫਰਮਾਉਂਦੇ ਨੇ ਰੱਬ ਦੇ ਕੇ ਮਹਿਬੂਬ ਖੁਸ਼ੀਆਂ ਕਰ ਰਿਹਾ। ਅੱਜ ਤੱਕ ਤੁਸੀਂ ਵੇਖਿਆ ਵੀ ਮਹਿਬੂਬ ਦੇ ਕੇ ਖੁਸ਼ ਹੋਇਆ ਹੋਵੇ? ਸਾਡਾ ਮਹਿਬੂਬ ਸਾਡੇ ਤੋਂ ਜੁਦਾ ਹੋਵੇ ਤਾਂ ਅਸੀਂ ਰੋਂਦੇ ਹਾਂ? ਅੱਲਾ ਖੁਸ਼ੀਆਂ ਮਨਾ ਰਹੇ ਹਾਂ। ਬੜੀ ਔੜੀ ਸਵਾਨ ਲਾ ਕੀ ਜੇ, ਇਹ ਗੱਲ ਜ਼ਿਹਨ 'ਚ ਰੱਖਿਆ ਜੇ, ਮੌਲਵੀ ਸਾਹਿਬ ਕੋਲੋਂ ਤਕਰੀਰ ਪੈਸੇ ਸੁੱਟ ਕੇ ਨਹੀਂ ਕਰਵਾਈ ਦੀ, ਸੁਭਾਨ ਅੱਲਾਹ ਕਹਿ ਕੇ ਕਰਵਾਈ ਦੀ। ਸਮਝ ਆ ਗਈ ਤੁਹਾਡੀ? ਆ ਗਈ ਤੁਹਾਨੂੰ ਮੇਰੀ ਗੱਲ ਦੀ ਸਮਝ? ਆ ਗਈ। ਅਸੀਂ ਅਗਰ ਪੈਸੇ ਸੁੱਟੀ ਜਾਵਾਂਗੇ ਤੇ ਚੁੱਪ ਕਰਕੇ ਸਾਹਮਣੇ ਆਣ ਕਰਕੇ ਬਹਿੰਦੇ ਰਹਾਂਗੇ, ਤੁਹਾਨੂੰ ਸਮਝਣਾ ਕੱਖ ਨਹੀਂ ਸਮਝ ਆ ਰਿਹਾ। ਤੇ ਜੇ ਸੁਭਾਨ ਅੱਲਾਹ ਆਖਾਂਗੇ ਉਹਨੂੰ ਪਤਾ ਲੱਗੇਗਾ ਸੁਣਦੇ ਪਏ ਨੇ ਬਾਈ, ਇਹਨਾਂ ਨੂੰ ਮੈਂ ਸੁਣਾਉਣਾ। ਤੇ ਮੈਂ ਤੇ ਅਜੇ ਤਕਰੀਰ ਸ਼ੁਰੂ ਕੀਤੀ ਹੈ ਤੇ ਤੁਹਾਡੇ 12 ਪਹਿਲਾਂ ਹੀ ਵੱਜੇ ਬੈਠੇ, ਜ਼ਿਆਦਾ ਦੇਰ ਉੱਡ ਮੈਂ ਵੀ ਨਹੀਂ ਲਾਣੀ। ਉੱਚੀ ਆਖੋ ਸਾਰੇ ਸੁਭਾਨ ਅੱਲਾਹ। ਅਧਰਾਤ ਰੱਬ ਮਹਿਬੂਬ ਦੇ ਕੇ ਖੁਸ਼ੀਆਂ ਮਨਾ ਰਿਹਾ। ਮੈਂ ਮਿਸਾਲ ਦੇਣ ਲੱਗਾ, ਸਾਡਾ ਮਹਿਬੂਬ ਸਾਡੇ ਤੋਂ ਜੁਦਾ ਹੋਵੇ ਤਾਂ ਰੋਂਦੇ ਹਾਂ, ਉਹ ਮਹਿਬੂਬ ਮਿਲਣ ਤੇ ਬੰਦਾ ਖੁਸ਼ ਹੁੰਦਾ, ਦੇ ਕੇ ਖੁਸ਼ ਨਹੀਂ ਹੁੰਦਾ। ਮੈਂ ਇਹਦੀ ਮਿਸਾਲ ਦੇ ਦਿੰਦਾ, ਅਗਰ ਕੋਈ ਬੰਦਾ ਆਪਣੀ ਬੇਟੀ ਦੀ ਸ਼ਾਦੀ ਕਰੇ, ਜਿਹੜਾ ਬੇਟੀ ਦੇ ਰਿਹਾ ਉਹ ਰੋਂਦਾ, ਜਿਹੜਾ ਲੈ ਕੇ ਜਾ ਰਿਹਾ ਖੁਸ਼ੀਆਂ ਮਨਾ ਰਿਹਾ, ਇਹ ਫਿਤਰੀਆ ਵਾਲੇ। ਹੁਣ ਇਹ ਅਸਾਂ ਵੇਖਣਾ ਤਾਂ ਰੱਬ ਦੇ ਕੇ ਖੁਸ਼ੀਆਂ ਕਿਉਂ ਮਨਾ ਰਿਹਾ? ਸਾਡਾ ਮਹਿਬੂਬ ਜੁਦਾ ਹੋਵੇ ਤਾਂ ਅਸੀਂ ਰੋਂਦੇ ਹਾਂ, ਅੱਲਾ ਦੇ ਕੇ ਖੁਸ਼ ਹੋ ਰਿਹਾ, ਇਹਦੀ ਵਜ੍ਹਾ ਕੀ? ਭਾਈ ਸਾਡਾ ਮਹਿਬੂਬ ਅਗਰ ਸਾਡੇ ਤੋਂ ਜੁਦਾ ਹੋ ਜਾਏ ਤੇ ਦੂਰ ਹੋ ਜਾਂਦਾ, ਅਸੀਂ ਇਸ ਤੋਂ ਰੋਂਦੇ ਹਾਂ ਕਿ ਸਾਡਾ ਮਹਿਬੂਬ ਜੁਦਾ ਹੋ ਕੇ ਦੂਰ ਹੋ ਜਾਂਦਾ। ਰੱਬੇ ਕਾਇਨਾਤ ਨੇ ਮਹਿਬੂਬ ਜੁਦਾ ਤੇ ਕੀਤਾ ਪਰ ਦੂਰ ਨਹੀਂ ਕੀਤਾ, ਓਏ ਗੱਲ ਬਦਲ ਗਈ ਹੈ। ਜਦੋਂ ਤੱਕ ਰੱਬੇ ਕਾਇਨਾਤ ਨੇ ਮਹਿਬੂਬ ਸਾਨੂੰ ਅਦਾ ਨਹੀਂ ਸੀ ਕੀਤਾ, ਜਿੱਥੇ ਖੁਦਾ ਸੀ ਉੱਥੇ ਮੁਸਤਫਾ ਸੀ, ਤੇ ਜਦੋਂ ਮਹਿਬੂਬ ਦੇ ਛੱਡਿਆ, ਹੁਣ ਜਿੱਥੇ ਮੁਸਤਫਾ ਹੈ ਉੱਥੇ ਹੀ ਖੁਦਾ।